ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਪੰਜਾਬ ਅੰਦਰ ਹੜ੍ਹ ਦੀ ਮਾਰ ਚੱਲ ਰਹੇ ਲੋਕਾਂ ਨੂੰ ਕਮਿਊਨਿਟੀ ਸੇਵਾ ਸੁਸਾਇਟੀ ਗੁਰਾਇਆਂ ਅਤੇ ਕਾਰਮਲਾਈਟ ਸੋਸ਼ਲ ਸਰਵਿਸ ਹੁਸ਼ਿਆਰਪੁਰ ਵੱਲੋਂ ਜ਼ਿਲ੍ਹਾ ਜਲੰਧਰ ਦੇ ਪਿੰਡ ਟੰਡਾ ਦੇ NRI ਵੀਰਾਂ ਅਤੇ ਗੁਰਾਇਆਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਰਾਹਤ ਸਮੱਗਰੀ ਦਿੱਤੀ ਗਈ, ਜਿਸ ਵਿੱਚ ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ ਤੋਂ ਇਲਾਵਾ ਮੱਛਰਦਾਨੀਆਂ, ਮੈਡੀਸਨ, ਤਰਪਾਲਾਂ ਵੀ ਵੰਡੀਆਂ ਗਈਆਂ। ਇਸ ਮੌਕੇ ਬੋਲਦਿਆਂ ਸੇਵਾ ਸੁਸਾਇਟੀ ਦੇ ਮੈਂਬਰਾਂ ਪਲਵਿੰਦਰ ਸਿੰਘ, ਸੋਸ਼ਲ ਸਰਵਿਸ ਦੇ ਮੈਂਬਰ ਅਬਰਾਹਮ ਅਤੇ ਬਰਿੰਦਰ ਕੌਰ ਨੇ ਦੱਸਿਆ ਕਿ ਸੰਸਥਾ ਦਾ ਮੇਨ ਮਕਸਦ ਹੜ੍ਹ ਪੀੜਤਾਂ ਦੀ ਮਦਦ ਕਰਨਾ ਹੈ। ਜਿਸ ਥਾਂ ਤੋਂ ਪ੍ਰਸ਼ਾਸਨ ਲੋੜਵੰਦ ਤੱਕ ਸਮਾਨ ਨਹੀਂ ਪਹੁੰਚਾ ਸਕਿਆ, ਉਹਨਾਂ ਥਾਵਾਂ ਤੱਕ ਉਹਨਾਂ ਦੀ ਸੰਸਥਾ ਪਹੁੰਚ ਕਰਕੇ ਰੋਜ਼ਾਨਾ ਵਰਤੋਂ ਵਾਲਾ ਸਮਾਨ ਦੇ ਰਹੀ ਹੈ। ਉਹਨਾਂ ਨੇ ਕਿਹਾ ਕਿ ਇਹਨਾਂ ਦੋਵਾਂ ਸੰਸਥਾਵਾਂ ਵੱਲੋਂ ਅੱਜ ਜਲੰਧਰ, ਕਪੂਰਥਲਾ ਅਤੇ ਮੋਗਾ ਜ਼ਿਲ੍ਹਾ ਦੇ ਗਿੱਦੜ ਪਿੰਡੀ, ਚੱਕ ਮੁਡਾਲਾ, ਫਤਿਹਪੁਰ, ਰਾਜਪੁਰ, ਮੰਡੇਰ ਕਲਾਂ, ਬਟ ਮਾਜਰਾ ਅਤੇ ਜਾਣੀਆਂ ਆਦਿ ਪਿੰਡਾਂ ਵਿੱਚ ਜਾ ਕੇ ਸਹਾਇਤਾ ਕੀਤੀ ਗਈ। ਇਸ ਮੌਕੇ ਪਲਵਿੰਦਰ ਸਿੰਘ, ਹਨੇਸ਼ ਮਹਿਤਾ, ਅਜੇ ਬਹਿਲ, ਦਵਿੰਦਰ ਸਿੰਘ, ਪ੍ਰਭੂ ਸਿੰਘ, ਹਰਪ੍ਰੀਤ ਸਿੰਘ, ਅਵਤਾਰ ਲਾਲ, ਸਰਬਜੀਤ ਸਿੰਘ, ਸਤਵਿੰਦਰ ਚੰਡੂ, ਬਿੰਦਰ ਸੁਮਨ, ਦਵਿੰਦਰ ਕੌਰ, ਬੀਨਾ ਕੁਮਾਰੀ ਤੋਂ ਇਲਾਵਾ ਚਿਲਡਰਨ ਹਸਪਤਾਲ ਦਾ ਸਟਾਫ ਵੀ ਮੌਜੂਦ ਸੀ। ਸਰ ਜੀ, ਤੁਹਾਡੀ ਕਿਹੜੀ ਸੰਸਥਾ ਆ, ਵੀ ਕਿੱਥੋਂ ਆਏ ਅਤੇ ਕਿੱਥੇ ਤੁਸੀਂ ਆਏ? ਹਾਂਜੀ, ਅਸੀਂ ਤੋਂ ਕਾਰਮਲਾਈਟ ਸੋਸ਼ਲ ਸਰਵਿਸਿਸ ਕੱਕੋਂ ਹੁਸ਼ਿਆਰਪੁਰ ਡਿਸਟ੍ਰਿਕਟ ਤੋਂ ਆਇਆ ਹੈ। ਤੋ ਅਸੀਂ ਸਾਡੇ ਬਹੁਤ ਜ਼ਿਆਦਾ ਪ੍ਰੋਜੈਕਟਸ ਹਨ, ਤੋ ਜਿੱਥੇ ਲੋਕ ਪਰੇਸ਼ਾਨੀ ਹੈ, ਜੋ ਲੋਕ ਪ੍ਰੋਬਲਮਸ ਮੈਂ ਹੈ, ਉਹਨੇ ਮਦਦ ਕਰਨੇ ਕੇ ਲਈ ਅਸੀਂ 19 ਸਟਾਫ ਹੈ ਔਰ ਅਲੱਗ ਅਲੱਗ ਪਿੰਡਾਂ ਜਾ ਕੇ ਅਸੀਂ ਜੋ ਵੀ ਉਹਨੇ ਜ਼ਰੂਰਤ ਹੈ ਉਹ ਦੇਣੇ ਕੇ ਲਈ ਅਸੀਂ ਪੂਰਾ ਦਿਨ, ਪੂਰਾ ਸਾਰੀ ਜ਼ਿੰਦਗੀ ਉਨਕੇ ਲਈ ਸਮਰਪਿਤ ਕੀਆ ਹੈ। ਤੋ ਇਸਮੇ ਸਾਡਾ ਜੋ ਸੋਸਾਇਟੀ ਕਾ ਮੇਨ ਲਕਸ਼ਯ ਇਹੀ ਹੈ, ਜੋ ਜਿਨਗੇ ਪਾਸ ਗਵਰਨਮੈਂਟ ਅਭੀ ਤੱਕ ਪਹੁੰਚਾ ਨਹੀਂ ਹੈ, ਉਨਕੇ ਪਾਸ ਪਹੁੰਚਣਾ ਹੈ, ਉਨਕੇ ਸਾਥ ਆਨਾ ਹੈ। ਤੋ ਹਮੇ ਬਹੁਤ ਅੱਛਾ ਲਗਾ ਆਪ ਲੋਗੋਂ ਕੋ ਮਿਲਕਰ, ਜੋ ਆਪ ਲੋਗ ਕਾ ਜੋ ਏਮ ਹਮੇ ਅੱਛਾ ਲਗਾ ਕਿ ਜੋ ਗਵਰਨਮੈਂਟ ਕੇ ਜੋ ਓਫੀਸ਼ਲਸ ਹੈ, ਜਿੱਥੇ ਗਾਂਵ ਮੈਂ ਪਹੁੰਚਾ ਨਹੀਂ ਹੈ, ਤੋ ਆਪ ਹਮੇ ਉੱਥੇ ਆ ਕੇ ਆਇਆ ਹੈ, ਤੋ ਹਮੇ ਬਹੁਤ ਅੱਛਾ ਲਗਾ ਹੈ। ਔਰ ਸਭ ਕੋ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਅਸੀਂ ਕਾਰਮਲਾਈਟ ਸੋਸ਼ਲ ਸਰਵਿਸਿਜ਼ ਹੁਸ਼ਿਆਰਪੁਰ ਤੋਂ ਆਏ ਹਾਂ, ਡਾਇਰੈਕਟਰ ਫਾਦਰ ਅਬਰਾਹਮ ਦੀ ਰਹਿਨੁਮਾਈ ਹੇਠ ਅਸੀਂ ਜੋ ਇੱਧਰ ਲੋਹੀਆਂ ਖਾਸ ਜਲੰਧਰ ਦੇ ਵਿੱਚ ਜੋ ਹੜ੍ਹ ਆਇਆ ਸੀ ਉਹਨਾਂ ਲੋਕਾਂ ਦੀ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਪਹੁੰਚੇ ਹਾਂ। ਸਾਡੇ ਨਾਲ ਹੀ ਗੁਰਾਇਆਂ ਤੋਂ ਜੋ ਸੁਸਾਇਟੀ ਆਈ ਹੈ ਉਹਨਾਂ ਨੂੰ ਜਿਸ ਤਰ੍ਹਾਂ ਬੱਧਾ ਉਹ 10 ਦਿਨਾਂ ਤੋਂ ਇੱਥੇ ਸੇਵਾ ਕਰ ਰਹੇ ਸੀ, ਉਹਨਾਂ ਦੇ ਜੋ ਵੀ ਜੋ ਜਿਸ ਤਰ੍ਹਾਂ ਉਹਨਾਂ ਨੇ ਸਾਨੂੰ ਦੱਸਿਆ ਕਿ ਜਿਨ੍ਹਾਂ ਏਰੀਆ ਦੇ ਵਿੱਚ ਸਰਕਾਰ ਨਹੀਂ ਪਹੁੰਚ ਪਾਈ ਜਾਂ ਜਿੱਥੇ ਬਾਕੀ ਜਿਹੜੇ ਹੈਲਪ ਕਰਨ ਲਈ ਆ ਰਹੇ ਆ ਕੈਂਪ ਵਗੈਰਾ ਇਸ ਸਾਈਡ 'ਤੇ ਨਹੀਂ ਲੱਗੇ ਹੋਏ, ਅਸੀਂ ਉੱਥੇ ਪਹੁੰਚਣ ਦੀ ਕੋਸ਼ਿਸ਼ ਕੀਤੀ ਆ ਕਿਉਂਕਿ ਸਾਡੀ NGO ਜੋ ਹੈ ਉਹਦਾ ਮੇਨ ਮਕਸਦ ਹੀ ਇਹ ਆ ਜੋ ਹੈ ਕਿ ਅੰਤਲੇ ਅਤੇ ਅਖੀਰਲੇ ਦੀ ਭਲਾਈ ਦੇ ਲਈ ਜੋ ਬਿਲਕੁਲ ਗਰੀਬ ਜਾਂ ਨੀਚੇ ਲੈਵਲ ਦੇ ਲੋਕ ਆ ਉਹਨਾਂ ਤੱਕ ਅਸੀਂ ਪਹੁੰਚ ਕੇ ਉਹਨਾਂ ਦੀ ਮਦਦ ਕਰਦੇ ਹਾਂ। ਤੋ ਅਸੀਂ ਸਰ ਜੋ ਪਲਵਿੰਦਰ ਸਿੰਘ ਜੀ ਆ ਉਹਨਾਂ ਦੇ ਨਾਲ ਮਿਲ ਕੇ ਅਸੀਂ ਇਹ ਕਰ ਰਹੇ ਹਾਂ। ਅਸੀਂ ਸਾਰਿਆਂ ਦਾ ਗੁਰਾਇਆ ਸੁਸਾਇਟੀ ਔਰ ਕਾਰਮਲਾਈਟ ਸੋਸ਼ਲ ਸਰਵਿਸਿਜ਼, ਸਾਡੇ ਨਾਲ ਚਾਈਲਡਲਾਈਨ ਹੁਸ਼ਿਆਰਪੁਰ ਦੀ ਟੀਮ ਵੀ ਹੈ, ਅਸੀਂ ਉਹਨਾਂ ਦਾ ਵੀ ਥੈਂਕਸ ਕਰਦੇ ਹਾਂ ਕਿ ਸਾਡੇ ਨਾਲ ਉਹਨਾਂ ਨੇ ਮਿਲ ਕੇ ਜੋ ਹੜ੍ਹ ਪੀੜਤ ਦੇ ਲੋਕ ਹੈਗੇ ਆ ਉਹਨਾਂ ਦੇ ਦੁੱਖਾਂ ਨੂੰ ਸੁਣ ਕੇ ਉਹਨਾਂ ਦੀ ਮਦਦ ਕੀਤੀ ਆ। ਮੈਡਮ, ਤੁਸੀਂ ਕੀ ਸਮਾਨ ਲੈ ਕੇ ਆਏ? ਸਾਡੇ ਕੋਲ ਜੋ ਅਸੀਂ ਖੁਦ ਜੋ ਉੱਥੇ ਸਾਡਾ ਮਾਊਂਟ ਕਰਮਲ ਸਕੂਲ ਦੇ ਵਿੱਚ ਕੈਂਪਸ ਦੇ ਵਿੱਚ ਅਸੀਂ ਕਲੈਕਸ਼ਨ ਦੇ ਲਈ ਪੁਆਇੰਟ ਰੱਖਿਆ ਸੀ, ਉੱਥੇ ਸਾਨੂੰ ਸਕੂਲ ਦੇ ਬੱਚਿਆਂ, ਟੀਚਰਸ ਔਰ ਪੇਰੈਂਟਸ, ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਨੇ ਮਦਦ ਕੀਤੀ ਹੈ, ਜਿਸ ਦੇ ਵਿੱਚ ਸਾਡੇ ਕੋਲ ਚਾਵਲ ਹੈਗੇ, ਮੱਛਰਦਾਨੀਆਂ, ਤਰਪਾਲਾਂ, ਪਾਣੀ, ਬਿਸਕਿਟਸ ਔਰ ਲੇਡੀਜ਼ ਨਾਲ ਜੋ ਵੀ ਉਹਨਾਂ ਨੂੰ ਸੈਨੇਟਰੀ ਜ਼ਰੂਰਤਾਂ ਹੈਗੀਆਂ ਉਹ ਅਸੀਂ ਲੈ ਕੇ ਆਏ ਹਾਂ। ਔਰ ਹੋਰ ਵੀ ਅਸੀਂ ਹੁਣ ਦੇਖ ਰਹੇ ਹਾਂ ਕਿ ਕਿਸ ਕਿਸ ਤਰ੍ਹਾਂ ਦੀ ਜ਼ਰੂਰਤ ਆ, ਉਮੀਦ ਹੈ ਕਿ
ਅਸੀਂ ਮਦਦ ਕਰਾਂਗੇ ਹੋਰ ਅਗਲੇ ਹਫਤੇ ਜਾਂ 10-15 ਦਿਨਾਂ ਦੇ ਵਿੱਚ ਜਿਨ੍ਹਾਂ ਫੈਮਿਲੀਜ਼ ਨੂੰ ਜ਼ਿਆਦਾ ਜ਼ਰੂਰਤ ਹੋਏਗੀ ਅਸੀਂ ਉਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਾਂਗੇ। ਥੈਂਕ ਯੂ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਰੇ ਗੁਰਾਇਆਂ ਤੋਂ ਅਤੇ ਸਾਡੇ ਢੰਡੇ ਪਿੰਡ ਤੋਂ ਸਾਡੇ ਪਰਿਵਾਰ ਇਕੱਠੇ ਹੋ ਕੇ ਇੱਥੇ ਅੱਜ ਸੇਵਾ ਲਈ ਸ਼ਾਹਕੋਟ ਏਰੀਏ ਦੇ ਵਿੱਚ ਆਏ ਹੋਏ ਹਾਂ। ਕਾਫੀ ਇੱਥੇ ਹੜ੍ਹ ਦੇ ਨਾਲ ਨੁਕਸਾਨ ਹੋਇਆ, ਜਿਸ ਨੂੰ ਦੇਖਦੇ ਹੋਏ ਪੰਜਾਬੀ ਹੋਣ ਦੇ ਨਾਤੇ, ਮਾਨਵਤਾ ਹੋਣ ਦੇ ਨਾਤੇ ਅਸੀਂ ਇਹ ਸਾਰਿਆਂ ਦੀ ਸੇਵਾ ਕਰਨ ਲਈ ਜਿੰਨਾ ਵੀ ਸਾਡੇ ਵੱਲੋਂ ਸਰਦਾ ਅਸੀਂ ਉਹ ਕਰ ਰਹੇ ਹਾਂ। ਇਹ ਸਾਡੀ ਇੱਕ NGO ਹੈ ਜਿਹੜੀ ਕਿ ਅਸੀਂ ਸਮਾਜ ਸੇਵਕ ਹੋਣ ਦੇ ਨਾਤੇ ਸਾਡੇ ਲਈ ਇਹ ਜ਼ਰੂਰੀ ਹੈ ਕਿ ਵੀ ਅਸੀਂ ਆਪਣੇ ਉਹ ਇਨਸਾਨ ਜਿਨ੍ਹਾਂ ਨੂੰ ਅੱਜ ਜ਼ਰੂਰਤ ਹੈ, ਕਿਸੇ ਟਾਈਪ ਦੀ ਕੋਈ ਪ੍ਰੋਬਲਮ ਆਈ ਹੈ, ਨੈਚੁਰਲ ਡਿਜ਼ਾਸਟਰ ਹੋਇਆ, ਉਹਦੇ ਵਿੱਚ ਅਸੀਂ ਉਹਨਾਂ ਨੂੰ ਰਿਲੀਫ ਦੇ ਪਾਈਏ। ਅਤੇ ਇੱਦਾਂ ਹੀ ਅੱਜ ਸੇਵਾ ਕਰਦੇ ਕਰਦੇ ਸਾਨੂੰ ਕੁਛ ਸੰਸਥਾਵਾਂ ਹੋਰ ਨਾਲ ਜੁੜੀਆਂ, ਸਾਡੀਆਂ ਭੈਣਾਂ ਜਿਨ੍ਹਾਂ ਨੇ ਬਹੁਤ ਜ਼ਿਆਦਾ ਇਹਨਾਂ ਨੇ ਵੀ ਵਰਕ ਕੀਤਾ, ਇਹ ਸਾਰੇ ਹੁਸ਼ਿਆਰਪੁਰ ਤੋਂ ਆਏ ਆ। ਅਤੇ ਸੋ ਅਸੀਂ ਇਹ ਲੇਡੀਜ਼ ਨੂੰ ਵੀ ਗਰਲਜ਼ ਨੂੰ ਹੋਣ 'ਤੇ ਸਲੂਟ ਕਰਦੇ ਹਾਂ, ਕਿਉਂਕਿ ਬਹੁਤ ਜ਼ਿਆਦਾ ਸੰਸਥਾਵਾਂ ਮੈਨਸ ਦਾ ਬਹੁਤ ਕੰਮ ਕਰਦੇ ਆ, ਪਰ ਜਿਹੜੀਆਂ ਗਰਲਜ਼ ਦੀ ਸੰਸਥਾ ਆ ਇਹ ਬਹੁਤ ਚੰਗਾ ਲੱਗਾ ਦੇਖ ਕੇ ਕਿ ਵੀ ਇਹਨਾਂ ਨੇ ਮਿਲ ਕੇ ਕਾਫੀ ਸਹਿਯੋਗ ਕੀਤਾ, ਕਿਉਂਕਿ ਸਾਡੇ ਪੰਜਾਬ ਨੂੰ ਕੁੜੀਆਂ ਬਚਾਓ ਦੇਸ਼ ਨੂੰ ਅੱਗੇ ਵਧਾਓ ਵਾਲੀ ਇਹ ਜਿਹੜਾ ਸਲੋਗਨ ਆ ਉਹ ਵੀ ਅੱਜ ਸਿੱਧ ਹੋ ਰਿਹਾ, ਕਿਉਂਕਿ ਇਹਨਾਂ ਨੇ ਉਸ ਸੰਸਥਾਵਾਂ ਦੇ ਵਿੱਚ ਰਹਿ ਕੇ ਅੱਜ ਹੁਸ਼ਿਆਰਪੁਰ ਤੋਂ ਉੱਠ ਕੇ ਯੰਗਸਟਰਸ ਹੋਣ ਦੇ ਨਾਤੇ ਫਿਰ ਵੀ ਅੱਜ ਉਹ ਸ਼ਾਹਕੋਟ ਦੇ ਵਿੱਚ ਆ ਕੇ ਪੂਰੀ ਹੈਲਪ ਕਰ ਰਹੇ ਆ ਸਾਰਿਆਂ ਨੂੰ। ਅਤੇ ਸਾਡੇ ਇਸ ਢੰਡਾ ਪਰਿਵਾਰ ਵੱਲੋਂ ਅੱਜ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਮਿਲਿਆ, ਸਾਡੇ NRI ਭਰਾ ਜਿਹੜੇ ਉਹਨਾਂ ਵੱਲੋਂ ਬਹੁਤ ਸਹਿਯੋਗ ਮਿਲਿਆ, ਸਾਡੇ ਪੱਤਰਕਾਰ ਭਾਈਚਾਰਾ ਜੰਡੂ ਭਰਾ ਬਲਵਿੰਦਰ ਸੁਮਨ ਜੀ ਭਰਾ ਜੀ ਸਾਡੇ, ਇਹਨਾਂ ਨੇ ਸਾਰਿਆਂ ਨੇ, ਮਹਿਤਾ ਭਰਾ ਜੀ ਸਾਡੇ, ਗੁਰਵਿੰਦਰ ਨੌਰਾ ਜੀ DJ ਐਪਸ ਤੋਂ, ਉਹਨਾਂ ਨੇ ਵੀ ਸਾਰਿਆਂ ਨੇ ਬਹੁਤ ਜ਼ਿਆਦਾ ਦੇਰ ਤੋਂ ਸਹਿਯੋਗ ਕੀਤਾ, ਬਹਿਲ ਭਰਾ ਜੀ ਸਾਡੇ, ਉਹਨਾਂ ਨੇ ਸਾਰਿਆਂ ਨੇ ਮਿਲ ਕੇ ਇੱਕ ਮਿਸ਼ਨ ਅਪਣਾਇਆ ਸੀ ਕਿ ਅਸੀਂ ਕਮਿਊਨਿਟੀ ਦੇ ਬੇਸ ਦੇ ਉੱਪਰ ਕੋਈ ਵੀ ਧਰਮ ਨਹੀਂ, ਕੋਈ ਵੀ ਇੱਦਾਂ ਦਾ ਨੇਸ਼ਨ ਵਾਈਜ਼ ਕਿਵੇਂ ਸਾਊਥ ਤੋਂ ਆ ਨੌਰਥ ਤੋਂ ਆ, ਅਸੀਂ ਇਹ ਚੀਜ਼ਾਂ ਨੂੰ ਧਿਆਨ 'ਚ ਰੱਖਣਾ ਕਿ ਅਸੀਂ ਸਾਰੇ ਇਨਸਾਨ ਆ, ਮਾਨਵਤਾ ਨੂੰ ਉੱਪਰ ਲੈ ਕੇ ਜਾਣਾ, ਤਾਂ ਹੀ ਸਾਡਾ ਦੇਸ਼ ਉੱਪਰ ਜਾ ਸਕਦਾ। ਅਤੇ ਅਸੀਂ ਇਸ ਧਾਰਮਿਕ ਹੋਣ ਦੇ ਨਾਤੇ ਇਸ ਗੁਰੂ ਸਾਹਿਬ ਦੇ ਕਹਿਣ ਦੇ ਮੁਤਾਬਕ ਕਿ ਵੀ ਜਿੱਥੇ ਜਿੱਥੇ ਵੀ ਜਿਹੜੀ ਜ਼ਰੂਰਤ ਹੈ ਉਹਦਾ ਹੈਲਪ ਕਰੋ, ਅਤੇ ਅਸੀਂ ਉਸ ਬੰਧਨ ਦੇ ਉੱਪਰ ਹੀ ਸਾਰਾ ਕੰਮ। ਸਾਨੂੰ ਲੋਕਾਂ ਤੋਂ ਕਾਫੀ ਇਸ ਚੀਜ਼ ਨੂੰ ਪੁੱਛਣ ਦੇ ਵਿੱਚ ਮੌਕਾ ਮਿਲਿਆ, ਜਦਕਿ ਅਸੀਂ ਉਹਨਾਂ ਦਾ ਦਿਲ ਦਾ ਦੁੱਖੜਾ ਬਹੁਤਾ ਤਾਂ ਨਹੀਂ ਫੋਲ ਸਕਦੇ ਹੈਗੇ, ਕਿਉਂਕਿ ਉਹ ਪਹਿਲੀ ਵਿਚਾਰੇ ਨਿਰਾਸ਼ ਆ, ਅਤੇ ਅਸੀਂ ਅੱਜ ਉਹਨਾਂ ਦੀਆਂ ਹੋਰ ਦੁੱਖ ਦੀ ਰਗ ਦੇ ਉੱਪਰ ਹੱਥ ਰੱਖੀਏ ਉਹ ਚੰਗਾ ਨਹੀਂ ਲੱਗੂਗਾ। ਪਰ ਕਿਤੇ ਨਾ ਕਿਤੇ ਪ੍ਰਸ਼ਾਸਨ ਵੱਲੋਂ ਬਹੁਤ ਕਮੀਆਂ ਰਹੀਆਂ, ਇਹ ਨਹੀਂ ਮੈਂ ਕਹਿੰਦਾ ਕਿ ਵੀ ਉਹਨਾਂ ਨੇ ਕੁਛ ਕੀਤਾ ਨਹੀਂ, ਉਹਨਾਂ ਨੇ ਕਾਫੀ ਚੀਜ਼ਾਂ ਨੂੰ ਸੌਟ ਆਊਟ ਕੀਤਾ, ਬਟ ਕਾਫੀ ਚੀਜ਼ਾਂ ਇੱਦਾਂ ਦੀਆਂ ਹੈ ਕਿ ਕਿਉਂਕਿ ਗੌਰਮੈਂਟ ਇਹੋ ਜਿਹੀ ਚੀਜ਼ ਹੈ, ਇਹ ਇਟਸ ਅ ਮੈਨੇਜਮੈਂਟ, ਮੈਨ ਮੈਨੇਜਮੈਂਟ, ਜੇ ਗੌਰਮੈਂਟ ਹਰੇਕ ਪੁਆਇੰਟ ਦੇ ਉੱਪਰ ਧਿਆਨ ਨਹੀਂ ਦਊਗੀ ਤਾਂ ਹੋਰ ਕੌਣ ਦੇਵੇਗਾ। NGOs ਸਾਰੀਆਂ ਵਰਕ ਕਰਦੀਆਂ ਆ, ਇੱਥੇ ਦੇ ਲੋਕਲ ਬੰਦੇ ਜਿਹੜੇ ਹੈਗੇ ਆ ਉਹ NGOs ਨੂੰ ਅੱਜ ਜ਼ਿਆਦਾ ਪਿਆਰ ਕਰ ਰਹੇ ਆ ਬਜਾਏ ਕਿ ਪੋਲੀਟੀਕਲ ਲੀਡਰਸ ਨੂੰ। ਉਹਦਾ ਕਾਰਨ ਨਿਰਾਸ਼ਾ ਉਹਨਾਂ ਦੀ ਆਹੀ ਹੈ ਕਿ ਪੋਲੀਟੀਕਲ ਲੀਡਰਸ ਸਾਡੇ ਕੋਲ ਘਰ ਘਰ ਦੇ ਵਿੱਚ ਵੋਟ ਲੈਣ ਲਈ ਤਾਂ ਪਹੁੰਚ ਜਾਂਦੇ ਆ, ਪਰ ਅੱਜ ਜੇ ਸਾਨੂੰ ਲੋੜ ਪੈ ਰਹੀ ਆ ਸੱਚਾਈ ਦੇ ਵਿੱਚ, ਪਰਮਾਤਮਾ ਵੱਲੋਂ ਕੋਈ ਇੱਦਾਂ ਦਾ ਵਿਘਨ ਪਿਆ ਸਾਡੀ ਲਾਈਫ ਦੇ ਵਿੱਚ ਅਤੇ ਸਾਨੂੰ ਅੱਜ ਆਸਰਾ ਦੇਣ ਵਾਸਤੇ ਉਹ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋ ਰਹੇ। ਹਾਂ, ਮੈਂ ਇੱਧਰਲੇ ਏਰੀਆ ਦੇ ਵਿੱਚ ਜਿਹੜੇ ਡਾਕਟਰ ਮੈਡਮ ਹੈਗੇ ਆ SDM, ਉਹਨਾਂ ਦੀ ਮੈਂ ਇੱਕ ਫੇਸਬੁੱਕ ਦੇ ਉੱਪਰ ਪੜ੍ਹਿਆ ਸੀਗਾ ਕਿ ਉਹਨਾਂ ਨੇ ਇੱਕ ਜ਼ਿਕਰ ਕੀਤਾ ਸੀਗਾ ਕਿ ਵੀ ਅਸੀਂ ਕਾਫੀ ਪਲਾਨ ਕਰ ਰਹੇ ਹਾਂ ਗੌਰਮੈਂਟ ਵੱਲੋਂ ਕਿ ਵੀ ਅਸੀਂ ਐਡਮਿਨਿਸਟ੍ਰੇਸ਼ਨ ਸਾਡਾ ਕਿ ਵੀ ਅਸੀਂ ਇੱਥੇ ਸਾਰੀਆਂ ਸਹੂਲਤਾਂ ਦੇ ਪਾਈਏ। ਉਹਨਾਂ ਦਾ ਇੱਕ ਬਿਆਨ ਸੀਗਾ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਵੀ ਅਸੀਂ ਕੁਛ ਨਾ ਕੁਛ ਜਿਹੜੀਆਂ ਕਾਫੀ NGOs, ਸਾਰੀਆਂ NGOs ਨਹੀਂ, ਕੁਛ NGOs ਜਿਹੜੀਆਂ ਓਬਸਟ੍ਰੈਕਟ ਕਰ ਰਹੀਆਂ ਐਡਮਿਨਿਸਟ੍ਰੇਸ਼ਨ ਨੂੰ, ਉਹਨਾਂ ਦੇ ਕੰਮ ਨਹੀਂ ਪੂਰਾ ਕਰਨ ਦੇ ਰਹੀਆਂ। ਪਰ ਸਾਡੀ ਇੱਕ ਬੇਨਤੀ ਹੈ ਐਡਮਿਨਿਸਟ੍ਰੇਸ਼ਨ ਸਾਹਮਣੇ ਵੀ
ਕਿ ਅਸੀਂ ਇਹ ਕਹਾਂਗੇ ਕਿ ਜੇ ਇੱਕ ਇੱਦਾਂ ਦੀ ਹੱਬ ਬਣਾਈ ਜਾਂਦੀ ਜਿੱਥੇ ਸਾਰੀਆਂ ਐਨ ਜੀ ਓਜ਼ ਆ ਕੇ ਕਨੈਕਟਡ ਹੋਣ ਅਤੇ ਉਹ ਕਨੈਕਟ ਹੋ ਕੇ ਉਹਦੀ ਰਿਕੁਆਇਰਮੈਂਟ ਜਾਣਦੇ ਅਤੇ ਜਿਹੜੇ ਕੁਛ ਮੈਂਬਰਸ ਹੈਗੇ ਆ ਮੈਨ ਪਾਵਰਸ ਹੈਗੀਆਂ ਆ ਜਿਹੜੀਆਂ ਕੁਛ ਡਿਸਟ੍ਰੀਬਿਊਟ ਕਰਦੀਆਂ ਕੁਛ ਉਹਨੂੰ ਸੋਰਸਿੰਗ ਕਰਦੀਆਂ ਤਾਂ ਮਿਲ ਕੇ ਇਹ ਕੰਮ ਸਾਰਾ ਕੀਤਾ ਜਾਂਦਾ। ਐਡਮਿਨਿਸਟ੍ਰੇਸ਼ਨ ਵਾਸਤੇ ਇਹ ਚੀਜ਼ ਦੀ ਕਾਫੀ ਕਮੀ ਰਹੀ ਹੈ ਕਿ ਸਾਡੀ ਯੂਨਿਟੀ ਅੱਜ ਇਹ ਹੁਸ਼ਿਆਰਪੁਰ ਤੋਂ ਆਏ ਆ, ਇਹਨਾਂ ਨੇ ਆਪਣਾ ਡਿਫਰੈਂਟ ਮਟੀਰੀਅਲ ਲਿਆਂਦਾ, ਅਸੀਂ ਆਪਣਾ ਡਿਫਰੈਂਟ ਮਟੀਰੀਅਲ ਲਿਆਂਦਾ ਸੀ, ਫੂਡ ਦੇ ਵਾਈਜ਼ ਲਿਆਂਦਾ, ਵਾਟਰ ਸਪਲਾਈ ਦੇ ਵਿੱਚ ਲਿਆਂਦਾ, ਇਹਨਾਂ ਨੇ ਕਾਫੀ ਚੀਜ਼ਾਂ ਜਿਹੜੀਆਂ ਘਰ ਦੀਆਂ ਜ਼ਰੂਰਤਾਂ ਦੇ ਮੁਤਾਬਕ ਉਹਦੇ ਵਿੱਚ ਗਰੋਸਰੀ ਦੀਆਂ ਮਟੀਰੀਅਲ ਹੈਗਾ ਆ, ਉਹਦੇ ਵਿੱਚ ਮੱਛਰਦਾਨੀਆਂ ਹੈਗੀਆਂ, ਓਡੋਮਾਸ ਹੈਗਾ, ਬਿਮਾਰੀਆਂ ਨਾ ਫੈਲ ਸਕਣ, ਇਹਨਾਂ ਚੀਜ਼ਾਂ ਦੇ ਉੱਪਰ ਇਹਨਾਂ ਨੇ ਵਰਕ ਕੀਤਾ। ਅੱਜ ਅਸੀਂ ਇੱਕ ਟੀਮ ਬਣ ਕੇ ਅਸੀਂ ਇਕੱਠੇ ਹੋ ਗਏ, ਪਰ ਸਾਨੂੰ ਮਿਲਾਉਣ ਵਾਸਤੇ ਪਹਿਲਾਂ ਕਿਸੇ ਵੀ ਇੱਦਾਂ ਦੀ ਕੋਈ ਹੱਬ ਨਹੀਂ ਹੈਗੀ ਜਿੱਥੇ ਕਿ ਅਸੀਂ ਆਪਸ ਦੇ ਵਿੱਚ ਸਾਰੀਆਂ ਐਨ ਜੀ ਓਜ਼ ਮਿਲ ਕੇ ਕੰਮ ਕਰ ਪਾਈਏ। ਇਹ ਚੀਜ਼ ਮੈਨੂੰ ਲੱਗਦਾ ਤੁਸੀਂ ਵੀ ਇਹ ਫੇਸ ਕੀਤਾ ਹੋਣਾ। ਬਿਲਕੁਲ ਬਿਲਕੁਲ, ਕਿਉਂਕਿ ਸਾਨੂੰ ਪਤਾ ਨਹੀਂ ਸੀ ਇਸ ਏਰੀਆ ਵਿੱਚ, ਅਸੀਂ ਲਾਸਟ ਵੀਕ ਆਏ ਸੀ, ਥੋੜ੍ਹਾ ਬਹੁਤ ਵਿਜ਼ਿਟ ਕੀਤਾ, ਜਿੱਦਾਂ ਸਾਨੂੰ ਲੱਗਿਆ ਅਸੀਂ ਉਸ ਅਕੋਰਡਿੰਗ ਲੱਗੇ। ਅਗਰ ਸਾਨੂੰ ਐਨ ਜੀ ਓਜ਼ ਮਿਲਦੀਆਂ, ਅਸੀਂ ਉਹਨਾਂ ਨਾਲ ਕਨੈਕਟ ਕਰਦੇ ਉਸ ਅਕੋਰਡਿੰਗ, ਜੋ ਤੁਸੀਂ ਹੁਣ 10 ਦਿਨਾਂ ਤੋਂ ਇੱਥੇ ਕੰਮ ਕਰ ਰਹੇ ਸੀ, ਸਾਨੂੰ ਉਸ ਬਾਰੇ ਪਤਾ ਨਹੀਂ ਸੀ, ਅਗਰ ਇਸ ਤਰ੍ਹਾਂ ਹੋ ਜਾਂਦਾ ਤਾਂ ਅਸੀਂ ਹੋ ਸਕਦਾ ਹੋਰ ਵੀ ਜ਼ਿਆਦਾ ਹੈਲਪ ਕਰ ਸਕਦੇ ਨਾ ਜੀ। ਹੁਣ ਅਸੀਂ ਇਹੀ ਚੀਜ਼ ਚਾਹਵਾਂਗੇ ਕਿ ਸਾਰੇ ਭਰਾ ਇੱਕ ਦੂਜੇ ਨਾਲ ਕਨੈਕਟ ਹੋਵੋ, ਸਾਰੀਆਂ ਭੈਣਾਂ ਇੱਕ ਦੂਜੇ ਨਾਲ ਕਨੈਕਟ ਹੋਵੋ, ਕਿਸੇ ਵੀ ਹੈਸੀਟੇਸ਼ਨ ਤੋਂ ਬਿਨਾਂ ਅਸੀਂ ਐਡਮਿਨਿਸਟ੍ਰੇਸ਼ਨ ਦੇ ਨਾਲ ਅਸੀਂ ਸਪੋਰਟ ਕਰੀਏ। ਐਡਮਿਨਿਸਟ੍ਰੇਸ਼ਨ ਸਾਡੇ ਲਈ ਇੱਕ ਕੈਪਟਨ ਦਾ ਕੰਮ ਕਰੇ, ਪਰ ਰੀਅਲ ਕੈਪਟਨ ਦਾ ਕੰਮ ਕਰੇ, ਨਾ ਕਿ ਸਿਰਫ ਜਿਹੜੇ ਕੈਪਟਨ ਆਪਾਂ ਕਹਾਏ ਜਾਂਦੇ ਆ ਉਹਨਾਂ ਵਾਸਤੇ ਨਹੀਂ, ਜੇ ਰੀਅਲ ਕੈਪਟਨ ਹੁੰਦਾ ਟੀਮ ਦਾ ਉਹ ਡਾਇਰੈਕਸ਼ਨ ਦੇਵੇ ਅਤੇ ਬਾਕੀ ਸਾਰੇ ਉਹਦੇ ਲਈ ਕੰਮ ਕਰਨ। ਅਤੇ ਸੋ ਅਸੀਂ ਇਹਦੇ ਲਈ ਬਹੁਤ ਸਾਰੇ ਧੰਨਵਾਦੀ ਹਾਂ ਜੀ।